ਪੰਜਾਬ ਦੇ ਮਾਨ ਬੱਬੂ ਮਾਨ ਅਤੇ ਨਵੀਂ ਪੀੜ੍ਹੀ ਦੇ ਗਾਇਕ ਆਰ ਨੇਤ। ਇਹਨਾਂ ਦੋਵਾਂ ਦਾ ਨਵਾਂ ਗਾਣਾ ਇਕੱਠਿਆਂ ਆਉਣ ਦਾ ਚਰਚਾ ਤਾਂ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਦੱਸ ਦਈਏ ਕੁਝ ਸਮਾਂ ਪਹਿਲਾਂ ਆਰ ਨੇਤ ਨੇ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਆਪਣੇ ਫੈਨਸ ਨੂੰ ਦੱਸਿਆ ਸੀ ਕਿ ਬਹੁਤ ਜਲਦੀ ਆਰ ਨੇਤ ਬੱਬੂ ਮਾਨ ਦਾ ਲਿਖਿਆ ਹੋਇਆ ਗਾਣਾ ਲੈ ਕੇ ਆ ਰਹੇ ਨੇ, ਜਿਸ ਦੀਆਂ ਕੁਝ ਲਾਈਨਾਂ ਆਰ ਨੇਤ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਸਾਂਝੀਆਂ ਵੀ ਕੀਤੀਆਂ ਸੀ। ਕਿਹੜਾ ਸੀ ਉਹ ਗਾਣਾ ਆਰ ਨੇਤ ਦਾ ਜੋ ਆ ਰਿਹਾ ਬੱਬੂ ਮਾਨ ਦੇ ਨਾਲ, ਆਓ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ। ਤੇ ਕਹਿੰਦੇ ਵੀ ਤੁਹਾਡੇ ਨਾਲ ਮਾਨ ਸਾਹਿਬ ਨੇ ਗੱਲ ਕਰਨੀ ਹੈ, ਤੇ ਮੈਂ ਕਿਹਾ ਵੀ ਮਾਨ ਸਾਹਿਬ ਆਪਣੇ ਪੰਜਾਬ ਦੇ ਵਿੱਚ ਮਾਨ ਕਾਫੀ ਨੇ, ਤੇ ਉਹਨਾਂ ਨੇ ਕਿਹਾ ਕਹਿੰਦੇ ਫੇਮਸ ਆ ਇੱਕੋ ਹੀ ਆ, ਇੱਕ ਵਾਰੀ ਬੱਬੂ ਮਾਨ ਲਈ ਤਾੜੀਆਂ ਮਾਰਦੇ ਸਾਰੇ। ਤੇ ਮੈਨੂੰ ਇਹ ਲੱਗਿਆ ਉਹ ਜਿੱਦਾਂ ਰੇਡੀਓ ਐਫ ਐਮ ਵਾਲੇ ਉਹ ਮੁਰਗਾ ਜਿਹਾ ਨਹੀਂ ਬਣਾਉਂਦੇ ਹੁੰਦੇ, ਮੈਂ ਕਿਹਾ ਮੇਰਾ ਉਹ ਬਣਨ ਲੱਗਿਆ। ਤੇ ਜਦੋਂ ਸੱਚੀ ਉਹਨਾਂ ਨੇ ਮਤਲਬ ਫੋਨ ਗੱਲ ਕੀਤੀ, ਉਹਨਾਂ ਨੇ ਆਪਣੀ ਹੁਣ ਜਿਹੜੇ ਬੰਦੇ ਨੂੰ ਆਪਾਂ ਯਾਰ ਜਿਹੜੇ ਇਨਸਾਨ ਨੂੰ ਬੱਚੇ ਹੁੰਦੇ ਤੋਂ ਬਚਪਨ ਹੁੰਦੇ ਤੋਂ ਆਪਾਂ ਸੁਣ ਰਹੇ ਹਾਂ ਉਹਦੀ ਆਵਾਜ਼ ਤਾਂ ਆਪਾਂ ਪਛਾਣਾਂਗੇ, ਕਹਿੰਦਾ ਵੀ ਹਾਂ ਵੀ ਸ਼ੇਰਾ ਕਿਵੇਂ ਆ। ਮੈਂ ਕਿਹਾ ਠੀਕ ਹੈ ਜੀ। ਅਤੇ ਮੇਰੇ ਸ਼ੋਅ ਨੂੰ ਲੈ ਕੇ ਕਾਫੀ ਟੈਕਨੀਕਲ ਗੱਲਾਂ ਦੱਸੀਆਂ, ਅਤੇ ਇੱਕ ਹੁਣ ਸਰਪ੍ਰਾਈਜ਼ ਜਿਹੜਾ ਤੁਹਾਨੂੰ ਦੇਣਾ, ਗਾਣਾ ਉਸਤਾਦ ਬੱਬੂ ਮਾਨ ਦਾ ਲਿਖਿਆ ਹੋਇਆ ਅਤੇ ਗਾਊਗਾ ਆਰਨੇਤ। ਸਥਾਈ ਗੱਲ ਮੈਂ ਥੋੜ੍ਹੀ ਜੀ, ਉਹ ਬੱਗ ਦੀ ਤਾਂ ਲੋੜ ਕੋਈ ਨਾ, ਹਾਏ ਬੱਗ ਦੀ ਤਾਂ ਲੋੜ ਕੋਈ ਨਾ, ਪਿੱਛੇ ਨੇ ਚਾਰ ਬੜੇ ਓ ਹੁਣ ਨਾ ਘਬਰਾਈ ਜੱਟੀਏ, ਪਿੱਛੇ ਦਿਲਦਾਰ ਖੜੇ ਓ ਹੁਣ ਨਾ ਘਬਰਾਈ ਜੱਟੀਏ, ਪਿੱਛੇ ਦਿਲਦਾਰ ਖੜੇ ਹੁਣ ਨਾ ਘਬਰਾਈ ਜੱਟੀਏ। ਸੋਹਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਜੋ ਕਿ ਹੈ ਆਰ ਨੇਤ ਅਤੇ ਬੱਬੂ ਮਾਨ ਦੀ। ਦੱਸ ਦਈਏ ਇਸ ਵੀਡੀਓ ਦੇ ਵਿੱਚ ਬੱਬੂ ਮਾਨ ਅਤੇ ਆਰ ਨੇਤ ਦੋਵੇਂ ਇਕੱਠਿਆਂ ਨਜ਼ਰ ਆ ਰਹੇ ਨੇ, ਅਤੇ ਵੀਡੀਓ ਹੈ ਮਸ਼ਹੂਰ ਪੰਜਾਬੀ ਗਾਇਕ ਕਮਲ ਖਾਨ ਦੇ ਵਿਆਹ ਦੀ। ਦੱਸ ਦਈਏ ਪਿਛਲੇ ਦਿਨੀ ਗਾਇਕ ਕਮਲ ਖਾਨ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਨੇ, ਅਤੇ ਉਹਨਾਂ ਦੇ ਇਸ ਵਿਆਹ ਦੇ ਮੌਕੇ ਦੇ ਉੱਤੇ ਪੰਜਾਬ ਦੇ ਬਹੁਤ ਸਾਰੇ ਗਾਇਕਾਂ ਨੇ ਆਪਣੀ ਹਾਜ਼ਰੀ ਲਵਾਈ, ਅਤੇ ਉਹਨਾਂ ਦੇ ਵਿੱਚ ਹੀ ਬੱਬੂ ਮਾਨ ਅਤੇ ਆਰ ਨੇਤ ਵੀ ਸ਼ਾਮਿਲ ਸੀ। ਅਤੇ ਇਸੇ ਵਿਆਹ ਦੌਰਾਨ ਆਰ ਨੇਤ ਅਤੇ ਬੱਬੂ ਮਾਨ ਦੋਵੇਂ ਇਕੱਠੇ ਹੋਏ, ਅਤੇ ਹੁਣ ਉਹ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਸੋ ਕਿਸ ਕਿਸ ਨੂੰ ਹੈ ਆਰ ਨੇਤ ਅਤੇ ਬੱਬੂ ਮਾਨ ਦੇ ਆਉਣ ਵਾਲੇ ਇਸ ਗਾਣੇ ਦੀ ਉਡੀਕ, ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਹੋਰ ਨਵੇਂ ਅਪਡੇਟਸ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ 'ਤੇ ਵੀ ਕਲਿੱਕ ਕਰ ਲਓ, ਅਤੇ ਨਾਲ ਹੀ ਇਸ ਨੂੰ ਇੰਸਟਾਗ੍ਰਾਮ ਅਤੇ ਫੇਸਬੁੱਕ ਉੱਤੇ ਵੀ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਣਾ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ.com।